अमृतसर के गुरु नानक देव अस्पताल में एक नवजात शिशु का शव बरामद हुआ है। स्थानीय लोगों के मुताबिक एक व्यक्ति कपड़े में लपेटकर शिशु को वहां छोड़कर चला गया। अमृतसर में इंसानियत को शर्मसार करने वाला मामला सामने आया है। दरअसल अमृतसर के गुरु नानक देव अस्पताल में एक नवजात शिशु का शव बरामद हुआ है। आसपास के लोगों ने देख पुलिस को सूचना दी। उन्होंने बताया कि कोई व्यक्ति कपड़े में लपेटकर शिशु को ऑक्सीजन प्लांट के नजदीक रखकर चला गया। उनकी तरफ से आकर देखा गया तो पता चला कि एक नवजात बच्चा है जिसकी मौत हो चुकी है। अमृतसर से सोनू सोडी की रिपोर्ट। जितेंद्र सिंह जी, ये मेडिकल कॉलेज। हाँ जी, ये ढाडे होंदे ही देखा तो बच्चे किसी ने सुटिया, उसकी मौत हो पई है। ਕਿੱਦਾਂ ਦੇਖ ਰਹੇ ਹੋ ਇਦਾਂ ਦੇ ਮਾਪਿਆਂ ਨੂੰ? ਇਹਨਾਂ ਨੂੰ ਅਸੀਂ ਤੇ ਗਲਤ ਹੀ ਕਵਾਂਗੇ, ਇਹ ਇਹੋ ਜਿਹਾ ਕੰਮ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਭਾਜੀ। ਲੱਗਦਾ ਕਿ ਪ੍ਰਸ਼ਾਸਨ ਨੂੰ ਤੇ ਕਈ ਸਵਾਲ ਚੁੱਕੇ ਕਿਉਂਕਿ ਇਧਰ ਕਾਫੀ ਜਿਹੜਾ ਕਿ ਪੈਟਰੋਲਿੰਗ ਕਰਦੇ ਪੁਲਿਸ ਵਾਲੇ ਭਾਜੀ, ਪਰ ਉਹਨਾਂ ਦੀ ਗਲਤੀ ਕੋਈ ਨਹੀਂ ਹੈ, ਉਹਨਾਂ ਨੂੰ ਵੀ ਤਾਂ ਹੁਣ ਹੀ ਪਤਾ ਲੱਗਾ ਹੋਏਗਾ। ਹਾਂ, ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ? ਮੰਗ ਇਹੋ ਹੀ ਹੈ ਜੀ, ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਇਹਨਾਂ ਦੇ। ਇਹ ਲੱਗਦਾ ਕਿ ਜੇ ਨਹੀਂ ਚਾਹੀਦਾ ਸੀ ਕਿਤੇ ਆਸ਼ਰਮ ਦੇ ਵਿੱਚ ਵੀ ਦਿੱਤਾ ਜਾਵੇ? ਹਾਂਜੀ ਹਾਂਜੀ, ਉਹ ਜ਼ਰੂਰ ਹੈ ਜੀ, ਚਾਹੀਦਾ ਸੀ ਉੱਥੇ। ਬਾਕੀ ਉਹਨਾਂ ਵਾਸਤੇ ਬਹੁਤ ਹੀ ਗਲਤ ਕੰਮ ਹੈ ਜਿਹੜਾ ਉਹਨਾਂ ਨੇ ਕੀਤਾ। ਮਾਮਲਾ ਨੂੰ ਪਬਲਿਕ ਦੇ ਬੰਦਿਆਂ ਨੇ ਦੱਸਿਆ ਵੀ ਇੱਥੇ ਨਵ ਜੰਮਿਆ ਬੱਚਾ ਸੁੱਟਿਆ, ਅਤੇ ਆਪਾਂ ਪਹੁੰਚੇ ਮੌਕੇ 'ਤੇ, PCR ਪਾਰਟੀ, ਮਜੀਠਾ ਰੋਡ ਥਾਣਾ। ਕਿਹੜੀ ਜਗ੍ਹਾ? ਕਿਹੜੀ? ਇਹ ਮੈਡੀਕਲ ਕਾਲਜ ਗੁਰੂ ਨਾਨਕ ਹੋਸਪਿਟਲ। ਕੀ ਕਾਰਵਾਈ ਕੀਤੀ ਜਾਏ? ਕਾਰਵਾਈ ਆ, ਸੱਚੋ ਸਾਹਿਬ ਆਉਣ ਡੇ ਆ, ਫਿਰ ਜੋ ਬਣਦੀ ਕਾਰਵਾਈ ਕੀਤੀ ਜਾਊਗੀ। ਨਹੀਂ, ਦੂਰ ਹੈ ਇੱਥੋਂ, ਬੇਬੇ ਨਾਨਕੀ ਆ ਜਾਂ ਇੱਧਰ ਆ ਜਾਂ ਉੱਧਰ, ਇੱਥੇ ਕੋਈ ਨਹੀਂ। ਆਹ ਇਹਦੇ ਹੋਸਪਿਟਲ ਬਣਦਾ ਪਿਆ, ਤੁਹਾਨੂੰ ਕਿੱਦਾਂ ਪਤਾ ਲੱਗਿਆ? ਸਾਨੂੰ ਪਬਲਿਕ ਦੇ ਬੰਦੇ ਦੱਸ ਕੇ ਗਏ। ਕੋਈ ਫਰਕ ਨਹੀਂ ਹੈ, ਲੇਕਿਨ ਫਿਰ ਵੀ ਲੋਕ